ਲਿਆ ਵੀ ਲੁਧਿਆਣੇ ਚ ਇੱਕ ਡੋਮੀਨੋਜ਼ ਦਾ ਸਾਨੂੰ ਉਹ ਦੱਸਾਂਗੇ ਸਾਰਿਆਂ ਨੇ ਪਹੁੰਚਣਾ ਸੀ ਉੱਪਰ ਤੁਸੀਂ ਵਰਕਆਊਟ ਕਰਨ ਜਾ ਇਹ ਟਰੂ ਹੈ ਅਸੀਂ ਡੋਮੀਨੋਜ਼ ਨਹੀਂ ਦੱਸਾਂਗੇ ਕਿਹੜੇ ਸੋਰਸਿਸ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਦੱਸਿਆ ਹੈ ਸਾਰਿਆਂ ਤੋਂ ਪਿੰਡ ਬਹੁਤ ਛੇਤੀ ਆਊਗੀ ਹੁਣ ਤਾਂ ਇਸੇ ਸਾਲ ਤਾਂ ਆ ਜਾਣੀ ਚਾਹੀਦੀ ਹੈ ਅਤੇ ਉਹਦਾ ਕੰਮ ਉਹ ਫਿਲਮ ਤਿਆਰ ਹੈ ਜਿਹੜੀ ਪੰਜਾਬੀ ਇੰਡਸਟਰੀ 'ਚ ਆਉਣ ਦੀ ਜਿਹੜੀ ਸ਼ੁਰੂਆਤ ਹੈ ਉਹ ਮੈਂ ਪੁਖਰਾਜ ਨਾਲ ਸ਼ੁਰੂ ਕੀਤਾ ਮੈਂ ਯਾਰ ਜਿਗਰੀ ਮਤਲਬ ਮੈਂ ਇੱਕ ਤਰ੍ਹਾਂ ਕਹਿ ਸਕਦੀ ਹਾਂ ਕਿ ਪੁਖਰਾਜ ਮੈਨੂੰ ਲੈ ਕੇ ਆਇਆ ਸੀ ਇੱਧਰ ਕਿ ਮੈਂ ਇਹ ਤਾਂ ਸੋਚਿਆ ਹੋਇਆ ਸੀ ਕਿ ਮੈਂ ਐਕਟਰ ਬਣਾ ਬਚਪਨ ਤੋਂ ਮੈਨੂੰ ਇਸ ਕੰਮ ਤੋਂ ਪਿਆਰ ਸੀਗਾ ਪੇਰੈਂਟਸ ਦਾ ਸਪੋਰਟ ਬਹੁਤ ਸੀਗਾ ਪਰ ਇਹ ਕਹਿੰਦੇ ਇਹ ਵਧੀਆ ਗੱਲ ਹੈ ਰੱਬ ਨੇ ਇੱਕ ਰਾਹ ਭੇਜਿਆ ਸੀ ਪੁਖਰਾਜ ਦੇ ਥਰੂ ਅਤੇ ਤੁਸੀਂ ਜਾਓਗੇ ਤਾਂ ਸਾਨੂੰ ਵੀ ਜ਼ਿਆਦਾ ਕੌਨਫੀਡੈਂਸ ਮਿਲੂਗਾ ਕਿ ਅਸੀਂ ਕੁਝ ਨਵਾਂ ਹੋਰ ਕਰੀਏ ਨਹੀਂ ਤਾਂ ਉਹੀ ਸਭ ਬਣਦਾ ਰਹਿਣਾ ਹੈ ਉਹੀ ਸਭ ਤੁਸੀਂ ਦੇਖਦੇ ਰਹੋਗੇ ਇਹ ਕੁਝ ਡਿਫਰੈਂਟ ਆ ਤਾਂ ਮੈਂ ਇਸ ਕਰਕੇ ਅਪੀਲ ਕਰਦੀ ਹਾਂ ਕਿ ਇਹਨੂੰ ਜ਼ਰੂਰ ਸਪੋਰਟ ਕਰਿਓ ਇਸ ਫਿਲਮ ਨੂੰ ਇਸ ਵਕਤ ਸਾਡੇ ਨਾਲ ਆ ਵੈਰੀ ਬਿਊਟੀਫੁਲ ਵੈਰੀ ਚਾਰਮਿੰਗ ਜੈਸਮਿਨ ਜੀ ਕੀ ਹਾਲ ਚਾਲ ਹੈ ਮੈਂ ਠੀਕ ਹਾਂ ਤੁਸੀਂ ਕਿਵੇਂ ਹੋ ਵਰਕਆਊਟ ਕਿਵੇਂ ਚੱਲ ਰਿਹਾ ਚੱਲ ਰਿਹਾ ਬਸ ਕਰੀਦਾ ਹੁੰਦਾ ਪਰ ਲੋਕਡਾਊਨ ਜਿਵੇਂ ਕਿ ਹੁਣ ਲੱਗ ਚੁੱਕਿਆ ਹੈ ਤਾਂ ਜਿਮਸ ਤਾਂ ਬੰਦ ਹੋ ਗਏ ਪਰ ਕੋਸ਼ਿਸ਼ ਤਾਂ ਇਹ ਰਹਿੰਦੀ ਹੈ ਕਿ ਕਰਦੇ ਰਹੀਏ ਆਪਾਂ ਸਾਨੂੰ ਖਬਰ ਮਿਲੀ ਆ ਵੀ ਲੁਧਿਆਣੇ 'ਚ ਇੱਕ ਡੋਮੀਨੋਜ਼ ਦਾ ਸਾਨੂੰ ਉਹ ਦੱਸਾਂਗੇ ਸਾਰਿਆਂ ਨੇ ਪਹੁੰਚਣਾ ਸੀ ਉੱਪਰ ਤੁਸੀਂ ਵਰਕਆਊਟ ਕਰਨ ਜਾ ਇਹ ਟਰੂ ਹੈ ਅਸੀਂ ਡੋਮੀਨੋਜ਼ ਨਹੀਂ ਦੱਸਾਂਗੇ ਕਿਹੜੇ ਸੋਰਸਿਸ ਹੈ ਜਿਨ੍ਹਾਂ ਨੇ ਤੁਹਾਨੂੰ ਇਹ ਦੱਸਿਆ ਹੈ ਦੱਸਣਾ ਚਾਹਾਂਗੇ ਡੋਮੀਨੋਜ਼ ਸਾਡਾ ਹੀ ਹੈ ਓ ਪਰ ਉਹ ਜਿਮ ਮੈਂ ਨਹੀਂ ਜਾਂਦੀ ਤੁਸੀਂ ਜਾਂਦੇ ਹੋ ਨਹੀਂ ਜੀ ਕੋਈ ਉਹ ਤਾਂ ਮੇਰੀ ਸੱਕ ਫੋਟੋਜ਼ ਹੈ ਹੈਗੀ ਆ ਕੀ ਪਤਾ ਮੇਰੀ ਜੁੜਵਾ ਦੀ ਹੋਊਗੀ ਨਾ ਇਦਾਂ ਹੀ ਪੋਸੀਬਲ ਨਹੀਂ ਚਲੋ ਅਸੀਂ ਥੋੜਾ ਦੱਸਿਆ ਕਿਸੇ ਨੂੰ ਵੀ ਡੋਮੀਨੋਜ਼ ਕਿਹੜਾ ਹੈ ਨਾ ਜੀ ਸਾਨੂੰ ਨਹੀਂ ਤਾਂ ਉੱਥੇ ਰਸ਼ ਪੈ ਸਕਦਾ ਜ਼ਿਆਦਾ ਕੋਈ ਨਹੀਂ ਅੱਗੇ ਅੱਗੇ ਅਤੇ ਫੁੱਫੜ ਜੀ ਲਈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਸਹੁਰਿਆਂ ਦੇ ਪਿੰਡ ਕਦੋਂ ਆ ਰਹੇ ਹੋ ਸਹੁਰਿਆਂ ਤਾਂ ਪਿੰਡ ਬਹੁਤ ਛੇਤੀ ਆਊਗੀ ਹੁਣ ਤਾਂ ਇਸੇ ਸਾਲ ਤਾਂ ਆ ਜਾਣੀ ਚਾਹੀਦੀ ਹੈ ਅਤੇ ਉਹਦਾ ਕੰਮ ਉਹ ਫਿਲਮ ਤਿਆਰ ਹੈ ਅਤੇ ਸਾਨੂੰ ਸਾਰਿਆਂ ਨੂੰ ਜਿੰਨੀ ਵੀ ਟੀਮ ਹੈ ਸਾਰਿਆਂ ਨੂੰ ਉਸ ਫਿਲਮ ਨਾਲ ਬਹੁਤ ਕੌਨਫੀਡੈਂਸ ਹੈ ਪਰ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਥੀਏਟਰਸ ਦਾ ਕੀ ਮਾਹੌਲ ਚੱਲ ਰਿਹਾ ਬਹੁਤ ਹੀ ਜ਼ਿਆਦਾ ਉਹਦੇ 'ਤੇ ਮਿਹਨਤ ਕੀਤੀ ਹੈ ਅਸੀਂ ਸਾਰਿਆਂ ਨੇ ਬਹੁਤ ਲੰਬੀ ਚੱਲੀ ਸੀ ਉਹ ਸ਼ੂਟਿੰਗ ਦੇ ਦੌਰਾਨ ਵੀ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਇਸ ਟਾਈਮ 'ਤੇ ਆਵੇ ਜਿੱਥੇ ਸਾਰੇ ਜਾ ਕੇ ਉਹਨੂੰ ਦੇਖ ਸਕਣ ਤਾਂ ਉਸ ਟਾਈਮ ਦੀ ਵੇਟ ਹੋ ਰਹੀ ਹੈ ਬਸ ਜੈਸਮੀਨ ਦੀ ਜਦੋਂ ਵੀ ਜੈਸਮੀਨ ਨੂੰ ਮਿਲਦੇ ਆ ਉਹ ਗੱਲ ਯਾਦ ਆ ਜਾਂਦੀ ਆ ਕਹਿੰਦੇ ਮੈਨੂੰ ਪੁਖਰਾਜ ਨੇ ਕਿਹਾ ਸੀ ਪੁਖਰਾਜ ਇੱਕ ਚੀਜ਼ ਕਰਨ ਲੱਗਿਆ ਤੁਸੀਂ ਕਰਨੀ ਆ ਮੈਂ ਕਿਹਾ ਚੱਲ ਠੀਕ ਆ ਕਰ ਲੈਂਦੇ ਹਾਂ ਨਾ ਕੋਈ ਨਹੀਂ ਅਤੇ ਅੱਜ ਮੈਂ ਕਹਿੰਦਾ ਉਹ ਉਸ ਚੀਜ਼ ਦੀ ਹਾਂ ਕੀਤੀ ਇੱਥੇ ਤੱਕ ਪਹੁੰਚ ਗਈ ਉਹ ਚੀਜ਼ ਹਾਂਜੀ ਮੈਂ ਉਹੀ ਦੂਜਿਆਂ ਨੂੰ ਵੀ ਮੈਂ ਇਹ ਦੱਸ ਰਹੀ ਸੀ ਕਿ ਪੁਖਰਾਜ ਨਾਲ ਮੇਰਾ ਇੱਕ ਬਹੁਤ ਇਮੋਸ਼ਨਲ ਕਨੈਕਟ ਆ ਕਿਉਂਕਿ ਮੈਂ ਆਪਣੀ ਜਿਹੜੀ ਪੰਜਾਬੀ ਇੰਡਸਟਰੀ 'ਚ ਆਉਣ ਦੀ ਜਿਹੜੀ ਸ਼ੁਰੂਆਤ ਆ ਉਹ ਮੈਂ ਪੁਖਰਾਜ ਨਾਲ ਸ਼ੁਰੂ ਕੀਤਾ ਮੈਂ ਯਾਰ ਜਿਗਰੀ ਮਤਲਬ ਮੈਂ ਇੱਕ ਤਰ੍ਹਾਂ ਕਹਿ ਸਕਦੀ ਹਾਂ ਕਿ ਪੁਖਰਾਜ ਮੈਨੂੰ ਲੈ ਕੇ ਆਇਆ ਸੀ ਇੱਧਰ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਅਤੇ ਅੱਜ ਪੁਖਰਾਜ ਦੀ ਪਹਿਲੀ ਲੀਡ ਮੂਵੀ ਆ ਰਹੀ ਹੈ ਤਾਂ ਮੈਨੂੰ ਇਸ ਤੋਂ ਜ਼ਿਆਦਾ ਖੁਸ਼ੀ ਹੋ ਨਹੀਂ ਸਕਦੀ ਸੀ ਕਿ ਮੇਰੇ ਲੀਡ 'ਤੇ ਉਹ ਉੱਧਰ ਮੌਜੂਦ ਸੀਗਾ ਅਤੇ ਅੱਜ ਮੈਂ ਮੌਜੂਦ ਹਾਂ ਅਤੇ ਹਮੇਸ਼ਾ ਹਾਂ ਇਹ ਇੱਕ ਹਮੇਸ਼ਾ ਰਹੂਗਾ ਕਿ ਮੇਰੀ ਪਹਿਲੀ ਜਿਹੜੀ ਪ੍ਰੋਜੈਕਟ ਆ ਉਹਦਾ ਕ੍ਰੈਡਿਟ ਹਮੇਸ਼ਾ ਪੁਖਰਾਜ ਕੋਲ ਰਹੂਗਾ ਕੀ ਲੱਗਦਾ ਵੈਸੇ ਜੇ ਜੈਸਮੀਨ ਇੱਧਰ ਨਾ ਆਉਂਦੀ ਤਾਂ ਫਿਰ ਜੈਸਮੀਨ ਕਿੱਥੇ ਜਾਂਦੀ ਮੈਂ ਆਉਣਾ ਤਾਂ ਮੈਂ ਘੁੰਮ ਫਿਰ ਕੇ ਇੱਧਰ ਹੀ ਸੀਗਾ ਮੈਨੂੰ ਲੱਗਦਾ ਕਿਉਂਕਿ ਮੈਂ ਇਹ ਤਾਂ ਸੋਚਿਆ ਹੋਇਆ ਸੀ ਕਿ ਮੈਂ ਐਕਟਰ ਬਣਾ ਬਚਪਨ ਤੋਂ ਮੈਨੂੰ ਇਸ ਕੰਮ ਤੋਂ ਪਿਆਰ ਸੀਗਾ ਪੇਰੈਂਟਸ ਦਾ ਸਪੋਰਟ ਬਹੁਤ ਸੀਗਾ ਪਰ ਇਹ ਕਹਿੰਦੇ ਇਹ ਵਧੀਆ ਗੱਲ ਹੈ ਰੱਬ ਨੇ ਇੱਕ ਰਾਹ ਭੇਜਿਆ ਸੀ ਪੁਖਰਾਜ ਦੇ ਥਰੂ ਅਤੇ ਉਹ ਹੋ ਗਿਆ ਅਤੇ ਕਿਉਂ ਆਪਾਂ ਸੋਚੀਏ ਕਿ ਉਹ ਨਾ ਹੁੰਦਾ ਤਾਂ ਕੀ ਹੁੰਦਾ ਇੰਟਰਵਲ ਤੱਕ ਹਿਟਰਸ ਬਾਰੇ ਕੀ ਕਹਿਣਾ ਚਾਹੋਗੇ ਬੰਨ ਕੇ ਰੱਖਿਆ ਫਿਲਮ ਮੈਨੂੰ ਤਾਂ ਬਹੁਤ ਬੰਨ ਕੇ ਰੱਖਿਆ ਬਿਕੋਜ਼ ਮੈਨੂੰ ਪਰਸਨਲੀ ਵੀ ਸਸਪੈਂਸ ਥ੍ਰਿਲਰ ਮੂਵੀਜ਼ ਮੈਨੂੰ ਬਹੁਤ ਪਸੰਦ ਆ ਅਤੇ ਪੰਜਾਬੀ ਇੰਡਸਟਰੀ 'ਚ ਇਹ ਸਭ ਕੁਝ ਦੇਖਣ ਨੂੰ ਨਹੀਂ ਮਿਲਦਾ ਮੈਂ ਤਾਂ ਤਰਸਦੀ ਹੁੰਦੀ ਹਾਂ ਕਿ ਅਸੀਂ ਕੁਝ ਨਵਾਂ ਕਰੀਏ ਕੁਝ ਡਿਫਰੈਂਟ ਕਰੀਏ ਅਤੇ ਇਸ ਕਰਕੇ ਜਦੋਂ ਮੈਨੂੰ ਪੁਖਰਾਜ ਨੇ ਵੀ ਇਹਦਾ ਇੱਕ ਕੋਨਸੈਪਟ ਜਦੋਂ ਸੁਣਾਇਆ ਸੀਗਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਉਸੇ ਟਾਈਮ ਉਹਨੂੰ ਕਹਿਤਾ ਸੀਗਾ ਕਿ ਇਹ ਇੱਕ ਮੂਵੀ ਆ ਜਿਹੜਾ ਇੱਕ ਡਿਫਰੈਂਸ ਲੈ ਕੇ ਆ ਸਕਦੀ ਹੈ ਇਸ ਇੰਡਸਟਰੀ 'ਚ ਤਾਂ ਇਹਨੂੰ ਜ਼ਰੂਰ ਕਰੀ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਉਹ ਇੰਨੀ ਛੇਤੀ ਵੀ ਆ ਗਈ ਮਤਲਬ ਉਹਦੇ ਸ਼ੂਟ ਹਲੇ ਥੋੜ੍ਹੀ ਦੇਰ ਪਹਿਲਾਂ ਹੋਇਆ ਅਤੇ ਹੁਣ ਆ ਵੀ ਗਈ ਅਤੇ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ ਅੱਗੇ ਮੈਂ ਦੇਖਣਾ ਚਾਹਾਂਗੀ ਬਣ ਕੇ ਜ਼ਰੂਰ ਰੱਖਦੀ ਹੈ ਤੁਹਾਨੂੰ ਕਿਉਂਕਿ ਇਹ ਉਹ ਕੰਟੈਂਟ ਹੈ ਜਿਹੜਾ ਨੈੱਟਫਲਿਕਸ ਐਮਾਜ਼ੋਨ ਵਾਲੇ ਲੈ ਕੇ ਆਉਂਦੇ ਆ ਅਤੇ ਉਹਨਾਂ ਦੀ ਬਰਾਬਰੀ ਦਾ ਕੰਟੈਂਟ ਹੈ ਅਤੇ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਤੁਸੀਂ ਸਾਰਿਆਂ ਨੂੰ ਜਾ ਕੇ ਦੇਖੋ ਤੁਸੀਂ ਜਾਓਗੇ ਤਾਂ ਸਾਨੂੰ ਵੀ ਜ਼ਿਆਦਾ ਕੌਨਫੀਡੈਂਸ ਮਿਲੂਗਾ ਕਿ ਅਸੀਂ ਕੁਝ ਨਵਾਂ ਹੋਰ ਕਰੀਏ ਨਹੀਂ ਤਾਂ ਉਹੀ ਸਭ ਬਣਦਾ ਰਹਿਣਾ ਹੈ ਉਹੀ ਸਭ ਤੁਸੀਂ ਦੇਖਦੇ ਰਹੋਗੇ ਇਹ ਕੁਝ ਡਿਫਰੈਂਟ ਆ ਤਾਂ ਮੈਂ ਇਸ ਕਰਕੇ ਅਪੀਲ ਕਰਦੀ ਹਾਂ ਕਿ ਇਹਨੂੰ ਜ਼ਰੂਰ ਸਪੋਰਟ ਕਰਿਓ ਇਸ ਫਿਲਮ ਨੂੰ ਲਾਸਟ ਕੁਐਸਚਨ ਜੈਸਮੀਨ ਕੁਛ ਇੱਦਾਂ ਦਾ ਲੈ ਕੇ ਆ ਰਹੀ ਲਾਈਨਅਪ ਹੋਇਆ ਕੁਛ ਐਕਸ਼ਨ ਥ੍ਰਿਲਰ ਜਾਂ ਕੁਛ ਇੱਦਾਂ ਦੀ ਮੇਰਾ ਜੋ ਲਾਈਨਅਪ ਆ ਉਹ ਮੈਂ ਬਹੁਤ ਛੇਤੀ ਤੁਹਾਨੂੰ ਦੱਸਾਂਗੀ ਤੁਸੀਂ ਸਾਰੇ ਪਹਿਲਾਂ ਹੀ ਹੋਵੋਗੇ ਮੈਂ ਲੁਕਾਉਣਾ ਤਾਂ ਕੀ ਆ ਪਰ ਇਹੋ ਜਿਹਾ ਕੁਝ ਹਲੇ ਮੈਂ ਠੋਸ ਤਾਂ ਨਹੀਂ ਕਹਿ ਸਕਦੀ ਪਰ ਜ਼ਰੂਰ ਕਿਉਂਕਿ ਮੈਨੂੰ ਇਹੋ ਜਿਹੀ ਮੂਵੀਜ਼ ਇੰਨੀ ਪਸੰਦ ਆ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਇਹੋ ਜਿਹੀ ਮੂਵੀਜ਼ ਦਾ ਪਾਰਟ ਹੋਣ ਦੀ ਅਤੇ ਮੈਂ ਮੇਰਾ ਇੱਕ ਪੱਕੀ ਆ ਕਿ ਮੈਂ ਆਪਣੇ ਕਰੀਅਰ 'ਚ ਇੱਕ ਸਟਰੋਂਗ ਨੈਗੇਟਿਵ ਕੈਰੇਕਟਰ ਜ਼ਰੂਰ ਦੇਵਾਂਗੀ ਕਦੇ ਥੈਂਕ ਯੂ ਸੋ ਮਚ ਉਹ ਤੁਹਾਡਾ ਜਿਹੜਾ ਡ੍ਰੀਮ ਆ ਕਹਿੰਦੇ ਵੀ ਬਹੁਤ ਜਲਦੀ ਪੂਰਾ ਹੋਵੇ ਥੈਂਕ ਯੂ ਸੋ ਮਚ ਥੈਂਕ ਯੂ